ਕਰਕੇ ਦੇਖੋ, ਨਵੇਂ ਸ਼ਹਿਰ ਜਿਹੜਾ ਨਵਾਂ ਸਾਲ ਹੈਗਾ ਆ ਉਹ 2024 ਆਉਣ ਜਾ ਰਿਹਾ ਤੇ ਨਵੇਂ ਸਾਲ ਨੂੰ ਲੈ ਕੇ ਪਠਾਨਕੋਟ ਪੁਲਿਸ ਵੱਲੋਂ ਸੁਰੱਖਿਆ ਦੇ ਜਿਹੜੇ ਪੁਖਤਾ ਇੰਤਜ਼ਾਮ ਕੀਤੇ ਗਏ ਆ ਉਹਦੇ ਵਿੱਚ ਅਸੀਂ ਆਲਰੇਡੀ ਸਾਡੇ ਜਿਹੜੇ ਹੈਗੇ ਆ ਇੰਟਰਸਟੇਟ ਨਾਕੇ ਉਹਨਾਂ ਨੂੰ ਹੋਰ ਅਸੀਂ ਸਟਰੈਂਥਨ ਕੀਤਾ ਤਾਂ ਕਿ ਕਿਸੇ ਤਰ੍ਹਾਂ ਦੀ ਬਾਹਰੋਂ ਆਮਦਨ ਸ਼ੱਕੀ ਵਿਅਕਤੀਆਂ ਦੀ ਹੋ ਸਕੇ ਜਾਂ ਕੋਈ ਹਥਿਆਰ ਵਗੈਰਾ ਨਾ ਆ ਸਕਣ। ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਹਥਿਆਰਬੰਦ ਫੋਰਸਿਸ ਹੈਗੀਆਂ ਸਾਡੇ ਕੋਲ ਜਿਹੜੀਆਂ ਇੱਥੇ ਦੀਆਂ ਸਵੈਟ SOG ਔਰ ਘਾਤਕ ਟੀਮਾਂ ਨੇ ਉਹ 24 ਘੰਟੇ ਲਈ ਤਿਆਰ ਪਰ ਤਿਆਰ ਨੇ। ਇਸ ਤੋਂ ਇਲਾਵਾ ਜਿਹੜੇ ਵਰਨੇਬਲ ਪੁਆਇੰਟਸ ਹੈਗੇ ਆ ਜਾਂ ਸਾਡੇ ਵਾਸਤੇ ਖਾਸ ਮਹੱਤਵਪੂਰਨ ਸਥਾਨ ਹੈਗੇ ਉਹਨਾਂ ਦੀ ਸੁਰੱਖਿਆ ਵੀ ਅਸੀਂ ਵਧਾਈ ਹੋਈ ਆ ਔਰ ਇਹ ਤੋਂ ਫੋਰਸ ਨੂੰ ਆਗਮੈਂਟ ਕਰਨੀ ਅਸੀਂ ਜਿਹੜੀ ਹੈਗੀ ਆ ਵਾਧੂ ਫੋਰਸ ਦੀ ਜਿਹੜੀ ਹੈਗੀ ਆ ਤੈਨਾਤੀ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਸਾਰੇ ਜ਼ਿਲ੍ਹੇ 'ਚ ਕਰਾਂਗੇ। ਉਹਦੇ 'ਚ ਅਸੀਂ ਉਸ 'ਚ ਅਸੀਂ ਸਟਰੈਂਥਨ ਕੀਤਾ ਉਹ 'ਚ BSF ਦੀ ਜਿਹੜੀ ਹੈਗੀ ਆ ਨਾਲ ਅਸੀਂ ਉਹਨਾਂ ਦੀ ਜੁਆਇੰਟ ਆਪਰੇਸ਼ਨ ਕਰ ਰਹੇ ਹਾਂ। BSF ਦੀ ਵੀ ਫੋਰਸ ਪੰਜਾਬ ਪੁਲਿਸ ਨਾਲ ਸੈਕਿੰਡ ਲਾਈਨ ਆਫ ਡਿਫੈਂਸ ਦੇ ਉੱਤੇ ਨਾਕਾਬੰਦੀ ਤੇ ਰਾਤ ਨੂੰ ਪੈਟਰੋਲਿੰਗ ਲਈ ਤੈਨਾਤ ਰਹਿੰਦੀ ਆ। ਉਹ ਤਕਰੀਬਨ ਇਹ ਜਿਹੜੇ ਧੁੰਦ ਦੇ ਦਿਨ ਨੇ ਸਾਰੇ ਦਿਨਾਂ ਦੇ ਵਿੱਚ ਉਹ ਜਾਰੀ ਰਹੇਗਾ।